ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਹਰਗੜ ਵਿਖੇ ਘਰ ਵਿੱਚ ਇਕੱਲੇ ਰਹਿ ਰਹੇ ਵਕੀਲ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਐਡਵੋਕੇਟ ਮਲਕੀਤ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਹਰਗੜ ਵਜੋਂ ਹੋਈ ਹੈ। ਕਤਲ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਸਤਿੰਦਰ ਕੁਮਾਰ ਚੱਡਾ ਅਤੇ ਬੁੱਲੋਵਾਲ ਐਸਐਚਓ ਅਜਮੇਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਲੁੱਟ ਖੋਹ ਦਾ ਲੱਗਦਾ ਹੈ ਅਤੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ। ਹਜੇ ਤੱਕ ਜਿਹੜਾ ਮੌਕਾ ਦੇਖਣ ਤੋਂ ਸਾਨੂੰ ਪਤਾ ਲੱਗਾ ਇਹਦਾ ਨਾਮ ਮਲਕੀਤ ਸਿੰਘ ਸਾਨੂੰ ਸੰਸਾਰ ਸਿੰਘ ਹਰਗੜ ਪਿੰਡ ਦਾ ਉਹਨਾਂ ਦਾ 65 ਸਾਲ ਏਜ ਆ ਔਰ ਇਹ ਐਡਵੋਕੇਟ ਨੇ ਇਕੱਲੇ ਰਹਿੰਦੇ ਸੀਗੇ। ਇਹਨਾਂ ਦਾ ਇੱਕ ਬੇਟਾ ਚੰਡੀਗੜ੍ਹ ਪੜ੍ਹਦਾ ਔਰ ਇੱਕ ਬੇਟਾ ਹਲੇ ਬਾਹਰ ਆ ਕਿਤੇ। ਇਹਨਾਂ ਨੂੰ ਜਿਹੜੇ ਆ ਕਤਲ ਕੀਤਾ ਗਿਆ ਕਿਉਂਕਿ ਹੱਥ ਪੈਰ ਬੰਨੇ ਹੋਏ ਮਿਲੇ ਨੇ ਔਰ ਸਮਾਨ ਖਿਲਿਆ ਹੋਇਆ ਮਿਲਿਆ ਸਮਾਨ ਦਾ ਜਿਹਦੇ 'ਤੇ ਅਸੀਂ ਤਫਤੀਸ਼ ਕਰ ਰਹੇ ਹਾਂ। ਲੁੱਟ ਖੋਹ ਦੀ ਨੀਅਤ ਨਾਲ ਫਸਟ ਐਂਗਲ ਤੋਂ ਲੱਗਦਾ ਹੈਗਾ, ਬਾਕੀ ਤਫਤੀਸ਼ ਦਾ ਦਾਇਰਾ ਜੋ ਸਾਹਮਣੇ ਆਏਗਾ ਪਤਾ ਲੱਗੇਗਾ। ਸੀਸੀਟੀਵੀ ਚੈੱਕ ਕਰ ਰਹੇ ਹਾਂ, ਅਗਰ ਕੋਈ ਆਇਆ ਤਾਂ ਜ਼ਰੂਰ ਦੱਸੋ।